ਨਾਭਾ ਦੀ ਮੈਕਸੀਮਮ ਸਕਿਉਰਿਟੀ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਮਾੜੂ ਨਾਮ ਦੇ ਕੈਦੀ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਮਾੜੂ ਸਿੰਘ ਸਨ ਆਫ ਜਗੀਰ ਸਿੰਘ ਵਾਸੀ ਸੰਗਤਪੁਰਾ ਸੌਡੀਆ ਜ਼ਿਲ੍ਹਾ ਫਤਿਹਗੜ੍ਹ ਦਾ ਰਹਿਣ ਵਾਲਾ ਸੀ, ਜੋ ਕਿ ਚੋਰੀ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਸੀ। ਇਸ ਦਾ ਨਾਭਾ ਦੀ ਜੇਲ੍ਹ ਦੇ ਵਿੱਚ ਹਸਪਤਾਲ ਅਧੀਨ ਇਲਾਜ ਚੱਲ ਰਿਹਾ ਸੀ। ਜਦੋਂ ਇਸ ਦੀ ਹਾਲਤ ਗੰਭੀਰ ਹੋਈ ਤਾਂ ਇਸ ਨੂੰ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ, ਜਿੱਥੋਂ ਕਿ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ। ਆਉਂਦਾ ਰਿਹਾ ਅਤੇ ਅਸੀਂ ਵੀ ਸੀਗਾ ਹੋਸਪਿਟਲ, ਜੇਲ੍ਹ ਹੋਸਪਿਟਲ ਦਾਖਲ ਸੀਗਾ, ਪ੍ਰੋਬਲਮ ਹੋਣੀ ਕੋਈ ਹੋਸਪਿਟਲ ਲੈ ਕੇ ਆਉਂਦੇ। ਮਾੜੂ ਸਿੰਘ ਸਨ ਉਹ ਜੰਗੀਰ ਸਿੰਘ ਨਹੀਂ ਇਹ ਨਹੀਂ ਸਾਨੂੰ ਡਾਕਟਰ ਸਾਹਿਬ ਦੇਖ ਲਿਆ ਕਰਨਗੇ ਸਾਨੂੰ ਇਹਦੇ ਬਾਰੇ ਪਤਾ ਜੀ। ਜੇਲ੍ਹ 'ਚ ਥੋੜ੍ਹੀ ਦੇਰ ਪਹਿਲਾਂ ਪੇਸ਼ੈਂਟ ਲੈ ਕੇ ਆਏ ਨੇ ਪੁਲਿਸ ਵਾਲੇ, ਪੇਸ਼ੈਂਟ ਐਕਸਪਾਇਰਡ ਸੀਗਾ ਅਤੇ ਉਹ ਅਸੀਂ ਹੁਣ ਮੋਰਚੇ 'ਚ ਸ਼ਿਫਟ ਕਰਵਾ ਰਹੇ ਹਾਂ। ਐਗਜ਼ਾਮਿਨ ਕਰਨ 'ਤੇ ਅਸੀਂ ਦੇਖ ਲਿਆ ਕਿ ਪੇਸ਼ੈਂਟ ਐਕਸਪਾਇਰ ਹੋ ਚੁੱਕਾ ਆਲਰੇਡੀ। ਨਾਭਾ ਤੋਂ ਤਰੁਣ ਮਹਿਤਾ ਦੀ ਰਿਪੋਰਟ।